ਸਮੇਂ ਤੋਂ ਨਾ ਹੋਈ 1884 ਦੇ ਵਿੱਚ ਆਪਣਾ ਉਸ ਤੋਂ ਬਾਅਦ ਇਹਨਾਂ ਨੇ ਟੀਕਾ ਜੈਮਨੀ ਅਸਮੇ ਦੇ ਗ੍ਰੰਥ ਲਿਖਿਆ ਜਿਹਦੇ ਬਾਰੇ ਕਿ ਲੋਕਾਂ ਨੂੰ ਬਿਲਕੁਲ ਗਿਆਨ ਨਹੀਂ ਹੈ ਤੇ ਟੀਕਾ ਜੈਮਨੀ ਅਸਮੇ ਦਾ ਆਪਣਾ ਮੇਰਾ ਸਾਰਾ ਪੜਿਆ ਹੋਇਆ ਆਪਣਾ ਮਤਲਬ ਜਿਵੇਂ ਮਹਾਨਕੋਸ਼ ਬਾਰੇ ਲੋਕਾਂ ਨੂੰ ਗਿਆਨ ਹੈ ਜੈਮਨੀ ਅਸਮੇ ਦੇ ਬਾਰੇ ਲੋਕਾਂ ਨੂੰ ਗਿਆਨ ਨਹੀਂ ਹਾਲਾਂਕਿ ਜੈਮਨੀ ਅਸਮੇ ਵੀ ਇੱਕ ਮਹਾਨਕੋਸ਼ ਵਰਗੀ ਮਹਾਨਕੋਸ਼ੀ ਰਚਨਾ ਹੈ ਅੱਛਾ ਜੀ ਤੇ ਦੂਜਾ ਜਿਹੜੀ ਉਹ ਨਾਟਕ ਵਾਵਾਰਤ ਦੀਪਕਾ ਹੈ ਉਹ ਵੀ ਭਾਰਤੀ ਸੰਸਕ੍ਰਿਤੀ ਦਾ ਇੱਕ ਇਹੋ ਜਿਹਾ ਗ੍ਰੰਥ ਹੈ ਕਿ ਕੋਈ ਆਮ ਬੰਦਾ ਇਹੋ ਜਿਹੇ ਗ੍ਰੰਥਾਂ ਦੇ ਅਰਥ ਨਹੀਂ ਕਰ ਸਕਦਾ ਟੀਕੇ ਨਹੀਂ ਕਰ ਸਕਦਾ ਸੋ ਭਾਈ ਕਾਨ ਸਿੰਘ ਨਾਭਾ ਨੇ ਨਾਭਾ ਦਰਬਾਰ ਚ ਰਹਿੰਦੇ ਹੋਏ ਇਹੋ ਜਿਹੇ ਗ੍ਰੰਥ ਲਿਖੇ ਨੇ ਪਰ ਕਮਾਲ ਹੈ ਕਿ ਭਾਈ ਕਾਨ ਸਿੰਘ ਨਾਭਾ ਨੇ ਪੁਰਾਣਾਂ ਦੇ ਵਿੱਚੋਂ ਕਿਉਂਕਿ ਭਾਰਤੀ ਸੰਸਕ੍ਰਿਤੀ ਦੇ ਵਿੱਚ ਆਪਣਾ ਵੇਦਾਂ ਦਾ ਪ੍ਰਮੁੱਖ ਸਥਾਨ ਹੈ ਹਾਂ ਉਸ ਤੋਂ ਬਾਅਦ ਜਿਹੜੇ ਪੁਰਾਣ ਨੇ ਆਪਣਾ ਉਹਨਾਂ ਦੀ ਬੜੀ ਆਪਣਾ ਮਹਾਨਤਾ ਹੈ ਉਹਦੇ ਵਿੱਚ ਆਪਣਾ ਜਿਹੜਾ ਉਹਦਾ ਗਿਆਨ ਹੈ ਆਪਣਾ ਉਹਨੂੰ ਆਧਾਰ ਬਣਾ ਕੇ ਆਪਣੀ ਜੀਵਨ ਸ਼ੈਲੀ ਸਮੁੱਚੇ ਭਾਰਤ ਦੇ ਵਿੱਚ ਆਪਣਾ ਆਪਾਂ ਉਹਨੂੰ ਅਪਣਾਉਂਦੇ ਹਾਂ ਉਸ ਜਿਹੜੀ ਉਹਦੇ ਵਿੱਚ ਵਿਚਾਰਧਾਰਾ ਹੈ ਪੁਰਾਣਾਂ ਦੇ ਵਿੱਚੋਂ ਇੱਕ ਸਭ ਤੋਂ ਜਿਹੜਾ ਮਹੱਤਵਪੂਰਨ ਪੁਰਾਣ ਹੈ ਵਿਸ਼ਨੂੰ ਪੁਰਾਣ ਉਹਦਾ ਵੀ ਭਾਈ ਕਾਨ ਸਿੰਘ ਨਾਭਾ ਨੇ ਟੀਕਾ ਕੀਤਾ ਸੋ ਇਹ ਜਿਹੜੇ ਇਹੋ ਜਿਹੇ ਗ੍ਰੰਥ ਨੇ ਜਿਵੇਂ ਮੈਂ ਨਾਮ ਲਿਆ ਇਹਨਾਂ ਦਾ ਇਹ ਭਾਈ ਕਾਨ ਸਿੰਘ ਨਾਭਾ ਨੂੰ ਪਰੰਪਰਕ ਵਿਦਿਆ ਦਾ ਧੁਰੰਧਰ ਵਿਦਵਾਨ ਸਿੱਧ ਕਰਦੇ ਨੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੋੜ ਹੈ ਕਿਉਂਕਿ ਮਹਾਰਾਜਾ ਹੀਰਾ ਸਿੰਘ ਦੇ ਜਿਹੜੇ ਰਾਜਕੁਮਾਰ ਸਨ ਆਪਣਾ ਮਤਲਬ ਟਿੱਕਾ ਰਿਪਦਮਨ ਸਿੰਘ ਉਹ ਇਹਨਾਂ ਦੇ ਸ਼ਿਸ਼ ਵੀ ਰਹੇ ਨੇ ਇਹਨਾਂ ਦੇ ਸ਼ਿਸ਼ ਆਪਣਾ ਮਿਸਟਰ ਮੈਕਸ ਆਫਰ ਮਕਾਲ ਵੀ ਰਹੇ ਨੇ ਮਹਾਰਾਜਾ ਰਿਪਦਮਨ ਸਿੰਘ ਦੀ ਆਪਣਾ ਮਹਾਰਾਣੀ ਸਰੋਜਨੀ ਦੇਵੀ ਸ਼ਮਸ਼ੇਰ ਸਿੰਘ ਅਸ਼ੋਕ ਡਾਕਟਰ ਦਵਿੰਦਰ ਸਿੰਘ ਵਿਦਿਆਰਥੀ ਵੀ ਇਹਨਾਂ ਦੇ ਸ਼ਿਸ਼ ਰਹੇ ਨੇ ਤੋ ਉਸ ਮੌਕੇ ਜਦੋਂ ਸ਼ਿਸ਼ ਹੋਣ ਦੇ ਨਾਤੇ ਆਪਣਾ ਮਤਲਬ ਰਾਜਕੁਮਾਰ ਰਿਪਦਮਨ ਸਿੰਘ ਵੀ ਆਪਣਾ ਮਤਲਬ ਭਾਈ ਕਾਨ ਸਿੰਘ ਨਾਭਾ ਨੂੰ ਕਹਿ ਦਿੰਦੇ ਸੀ ਕਿ ਆਪਣਾ ਕਿ ਸਿੱਖ ਧਰਮ ਬਾਰੇ ਵੀ ਕੁਛ ਆਪਣਾ ਇਹੋ ਜਿਹੇ ਗ੍ਰੰਥ ਹੋਣੇ ਚਾਹੀਦੇ ਨੇ ਜੇ ਆਪਾਂ ਨੂੰ ਪਤਾ ਲੱਗੇ ਵੀ ਆਪਣੇ ਜਿਹੜੇ ਆਪਣਾ ਅਸਲੀ ਸੰਸਕਾਰ ਕਿਹੜੇ ਨੇ ਸਿੱਖ ਧਰਮ ਦੀ ਵਿਲੱਖਣਤਾ ਕੀ ਹੈ ਤਾਂ ਉੱਥੋਂ ਫਿਰ ਇਹਨਾਂ ਨੇ 1897 ਤੋਂ ਹਮ ਹਿੰਦੂ ਨਹੀਂ ਇੱਕ ਪੁਸਤਕ ਲਿਖੀ ਜਿਹਦੇ ਸਮਾਜ ਵਿੱਚ ਗੁਰਮਤ ਅਸੀਂ ਦੇਖਦੇ ਹਾਂ ਇਹਨਾਂ ਦੀਆਂ ਗੁਰਮਤਾਂ ਸੰਬੰਧਿਤ ਹੋਰ ਵੀ ਕਿਤਾਬਾਂ ਸਾਡੇ ਕੋਲ ਹੁੰਦੀਆਂ ਗੁਰਮਤ ਪ੍ਰਭਾਕਰ ਗੁਰਮਤ ਸੁਧਾਕਰ ਜਿਹੜੀਆਂ ਕਿਤਾਬਾਂ ਨੇ ਜੀ ਜੀ ਪਰ ਉਸ ਤੋਂ ਬਾਅਦ ਇਹਨਾਂ ਨੇ ਕਹਿੰਦਾ ਆਪਣਾ ਜਿਹੜਾ ਇਹ ਤਸਵੀਰ ਅਸੀਂ ਦੇਖ ਸਕਦੇ ਹਾਂ ਕਿ ਇਹ ਮਿਸਟਰ ਮੈਕਸ ਆਫਰ ਮਕੌਲਫ ਨੇ ਆਪਣਾ ਮਤਲਬ ਜਿਹਨਾਂ ਨੇ ਕਿ ਸਿੱਖ ਰਿਲੀਜਨ ਆਪਣਾ ਲਿਖਿਆ ਹੈ ਕਿ ਉਹ ਵਿਸ਼ਵ ਦੇ ਵਿੱਚ ਬੜੀ ਇਹਨਾਂ ਦੀ ਜਿਹੜੀ ਪੁਸਤਕ ਹੈ ਉਹ ਬਹੁਤ ਉਹਨੇ ਮਹਾਨਤਾ ਆਪਣਾ ਮਤਲਬ ਮਿਲੀ ਹੈ ਅੱਜ ਤੱਕ ਉਹਨੂੰ ਅਥਾਰਟੀ ਮੰਨਿਆ ਜਾਂਦਾ ਹੈ ਕਿਉਂਕਿ ਅੰਗਰੇਜ਼ੀ ਦੇ ਵਿੱਚ ਕੋਈ ਐਸੀ ਆਪਣਾ ਪੁਸਤਕ ਨਹੀਂ ਜਿਹੜਾ ਕੋਈ ਹੋਰ ਕਿਸੇ ਰਾਈਟਰ ਦੀ ਆਪਣਾ ਮੰਨੀ ਜਾਂਦੀ ਹੋਵੇ ਤੇ ਬੜੀ ਖੋਜ ਕੀਤੀ ਹੈ ਮਿਸਟਰ ਮਕਾਲਫ ਨੇ ਜੀ ਇਹਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ ਡਾਕਟਰ ਸਾਹਿਬ ਇੱਕ ਫੋਨ ਕਾਲ ਇੰਤਜ਼ਾਰ ਕਰ ਰਹੀ ਹੈ ਹਾਂਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਕਹਿਣਾ ਚਾਹੁੰਦਾ ਭਾਈ ਕਾਨ ਸਿੰਘ ਨਾਭਾ ਦਾ ਪੰਜਾਬੀ ਮਾਂ ਬੋਲੀ ਪ੍ਰਤੀ ਬਹੁਤ ਬਹੁਤ ਵੱਡੀ ਦੇਣ ਹੈ ਜੀ ਸਭ ਤੋਂ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਮਹਾਨ ਕੋਸ਼ ਦੀ ਗੱਲ ਕਰਦੇ ਆ ਪਰ ਇਸੇ ਤਰ੍ਹਾਂ ਜੈਮੀ ਅਸ਼ੋਕ ਮੇਧੋ ਵੀ ਇੱਕ ਕੋਸ਼ਾਕਾਰੀ ਵੱਲ ਕਿਸ ਤਰ੍ਹਾਂ ਮੁੜ ਗਈ ਇਹ ਸ਼ਖਸੀਅਤ ਕੋਸ਼ਾਕਾਰੀ ਕਿਸ ਤਰ੍ਹਾਂ ਹੈ ਉਹਦੇ ਨਾਲ ਕਿਸ ਤਰ੍ਹਾਂ ਜੁੜ ਗਿਆ ਇਸ ਤਰ੍ਹਾਂ ਕਿ ਜੈਮਨੀ ਸਮੇਤ ਆਪਣਾ ਮਤਲਬ ਕੋਸ਼ ਨੇ ਉਹ ਵਾਰਤਕ ਦੀ ਆਪਣਾ ਇੱਕ ਉਹਨਾਂ ਦਾ ਠੀਕ ਹੈ ਜੈਮਨੀ ਸਮੇਤ ਹਾਂ ਤੇ ਕੋਸ਼ ਤੇ ਆਪਾਂ ਜੇ ਗੱਲ ਕਰਦੇ ਹਾਂ ਜਿਹੜੀ ਹੁਣ ਆਪਾਂ ਨੇ ਗ੍ਰੰਥਾਂ ਦੀ ਗੱਲ ਕੀਤੀ ਹੈ ਗੁਰਮਤਿ ਪ੍ਰਭਾਕਰ ਆਪਣੇ ਦੱਸੇ ਨੇ ਗੁਰਮਤਿ ਸੁਧਾਕਰ ਤੇ ਫਿਰ ਇਹਨਾਂ ਨੇ ਇੱਕ ਗੁਰਗ੍ਰਹਿ ਕਸੌਟੀ ਕਿਤਾਬ ਲਿਖੀ ਹੈ ਜਿਹੜੀ ਕਿ 1899 ਦੇ ਵਿੱਚ ਉਹ ਛਪ ਨਹੀਂ ਪਾਈ ਕਿਉਂਕਿ ਕੁਛ ਜਿਹੜਾ ਉਸ ਵਿੱਚ ਆਪਣਾ ਇਹੋ ਜਿਹੇ ਵਿਚਾਰਧਾਰਾ ਸੀ ਉਸ ਮੌਕੇ ਆਪਣਾ ਮਤਲਬ ਨਹੀਂ ਪ੍ਰਵਾਨ ਸੀ ਲੋਕਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਗੁਰਮਤਿ ਸੁਧਾਕਰ ਪ੍ਰਭਾਕਰ ਤੇ ਗੁਰਗ੍ਰਹਿ ਕਸੌਟੀ ਨੂੰ ਮਿਲਾ ਕੇ ਇੱਕ ਨਵਾਂ ਗ੍ਰੰਥ ਤਿਆਰ ਕੀਤਾ ਗੁਰਮਤਿ ਮਾਰਤੰਡ ਤੇ ਗੁਰਮਤਿ ਮਾਰਤੰਡ ਅੱਜ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਛਪਿਆ ਹੋਇਆ ਹੈ ਤੇ ਉਹਦੇ ਵਿੱਚ ਮੇਰੇ ਖਿਆਲ ਹੈ ਸਿੱਖ ਰਹਿਤ ਮਰਿਆਦਾ ਜਾਂ ਸਮੁੱਚਾ ਜਿਹੜਾ ਸਿੱਖ ਧਰਮ ਹੈ ਉਹਦੀ ਜਾਣਕਾਰੀ ਆਪਾਂ ਨੂੰ ਉਹਦੇ ਵਿੱਚ ਮਿਲਦੀ ਹੈ ਸੋ ਆਪ ਨੇ ਗੱਲ ਕਰੀਏ ਵਾਰਤਕ ਤੇ ਆਪਣਾ ਕੋਸ਼ਕਾਰੀ ਦੀ ਤੋ ਇਹ ਵੀ ਜਿਹੜੇ ਇਹਨਾਂ ਦੇ ਗ੍ਰੰਥ ਨੇ ਇਹ ਕੋਸ਼ ਰੀਤੀ ਦੇ ਅਨੁਸਾਰ ਇਹਨਾਂ ਨੇ ਲਿਖੇ ਨੇ ਜਿਵੇਂ ਗੁਰਮਤ ਦੇ ਨਾਲ ਸੰਬੰਧਿਤ ਆਪਣਾ ਵੱਖੋ ਵੱਖਰੇ ਵਿਸ਼ੇ ਨੇ ਜਿਵੇਂ ਕਿ ਨਿਮਰਤਾ ਕੀ ਹੁੰਦੀ ਹੈ ਆਤਮਾ ਕੀ ਹੁੰਦੀ ਹੈ ਪਰਮਾਤਮਾ ਕੀ ਹੈ ਉਹ ਸਾਰਿਆਂ ਨੂੰ ਇਹਨਾਂ ਨੇ ਅਲਫਾਬੈਟਿਕਲੀ ਲਗਾ ਕੇ ਨਾ ਕੋਸ਼ ਰੀਤੀ ਦੇ ਅਨੁਸਾਰ ਫਿਰ ਗੁਰਬਾਣੀ ਦੀਆਂ ਪੰਕਤੀਆਂ ਦੇ ਕੇ ਦੱਸਿਆ ਕਿ ਗੁਰਮਤ ਦੇ ਅਨੁਸਾਰ ਇਹ ਆਤਮਾ ਹੈ ਗੁਰਮਤ ਦੇ ਅਨੁਸਾਰ ਇਹ ਪਰਮਾਤਮਾ ਹੈ ਗੁਰਮਤ ਦੇ ਅਨੁਸਾਰ ਇਹ ਮਨੁੱਖ ਹੈ ਗੁਰਮਤ ਦੇ ਅਨੁਸਾਰ ਇਹ ਜਾਤ ਹੈ ਗੁਰਮਤ ਦੇ ਅਨੁਸਾਰ ਆਪਣਾ ਅੰਦਰ ਇਹ ਗਿਆਨ ਹੈ ਇਹ ਕੋਸ਼ ਰੀਤੀ ਅਨੁਸਾਰ ਨੇ ਤੇ ਬਾਕੀ ਆਪ ਜਿਹੜੇ ਆਪਣਾ ਮਤਲਬ ਵਾਰਤਕ ਦੀ ਗੱਲ ਕਰਦੇ ਹੋ ਵਾਰਤਕ ਦੇ ਵਿੱਚ ਤਾਂ ਇਹਨਾਂ ਦਾ ਜਿਹੜਾ ਸਾਰਾ ਜਿਹੜਾ ਸਮੁੱਚਾ ਸਹਿਤ ਹੈ ਉਸ ਤੋਂ ਬਾਅਦ ਫਿਰ ਆਪਣਾ ਮਤਲਬ ਕਿਉਂਕਿ ਕਵਿਤਾ ਇਹਨਾਂ ਨੇ ਕਵਿਤਾ ਛੱਡੀ ਨੇ ਆਪਣਾ ਕਵਿਤਾ ਵੀ ਨਾਲ ਨਾਲ ਚੱਲਦੀ ਰਹੀ ਹੈ ਜਿਹੜੇ ਉਸ ਮੌਕੇ ਦੇ ਅਖਬਾਰ ਨੇ ਉਹਨਾਂ ਦੇ ਵਿੱਚ ਸਾਰੇ ਅਖਬਾਰਾਂ ਦੇ ਵਿੱਚ ਇਹਨਾਂ ਨੇ ਆਪਣਾ ਮਤਲਬ ਕਵਿਤਾਵਾਂ ਇਹਨਾਂ ਦੀਆਂ ਲਿਖੀਆਂ ਮਿਲਦੀਆਂ ਨੇ ਵੱਖੋ ਵੱਖਰੀਆਂ ਜਿਵੇਂ
ਅਲੱਗ-ਅਲੱਗ ਵਿਸ਼ਿਆਂ ਦੇ ਨਾਲ ਸੰਬੰਧਿਤ ਆਪਣਾ ਗੁਰੂ ਸਾਹਿਬਾਨਾਂ ਦੀ ਆਪਣਾ ਮਤਲਬ ਜਾਂ ਗੁਰਮਤਾ ਪ੍ਰਚਾਰ ਆਪਣਾ ਉਹਦੇ ਵਿੱਚ ਜਾਂ ਸਮਾਜ ਸੁਧਾਰ ਉਹਦੇ ਵਿੱਚ ਮਿਲਦਾ ਆਪਾਂ ਨੂੰ ਜਾਂ ਫਿਰ ਕਈ ਵਾਰੀ ਇੱਕ ਬੜੀ ਅਜੀਬ ਗੱਲ ਵੇਖਣ ਨੂੰ ਮਿਲਦੀ ਹੈ ਕਿ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਕਹਿੰਦਾ ਜਦੋਂ ਲੜਕੀ ਦੀ ਸ਼ਾਦੀ ਹੁੰਦੀ ਸੀ ਤਾਂ ਲੜਕੀ ਦੀ ਸ਼ਾਦੀ ਵੇਲੇ ਆਪਣਾ ਇੱਕ ਤਾਂ ਆਨੰਦ ਕਾਰਜ ਹੁੰਦੇ ਸੀ ਆਪਣਾ ਨਾਲ ਲਾਵਾਂ ਪੜੀਆਂ ਜਾਂਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਤਾਂ ਉਸ ਤੋਂ ਇਲਾਵਾ ਕੋਈ ਬੰਦਾ ਸਿੱਖਿਆ ਪੜ੍ਹਦਾ ਹੁੰਦਾ ਜੀ ਸਿੱਖਿਆ ਦਾ ਮਤਲਬ ਵੀ ਲੜਕੀ ਨੂੰ ਸਿੱਖਿਆ ਹੈ ਜੀ ਇਹ ਹੁਣ ਥੋੜੇ ਸਾਲਾਂ ਤੋਂ ਆਪਣਾ ਜਿਹੜਾ ਇਹ ਆਪਣਾ ਰਿਵਾਜ਼ ਹੈ ਆਪਣਾ ਮਤਲਬ ਇਹ ਘਟਿਆ ਆਪਣਾ ਹਾਲਾਂਕਿ ਆਪਣੇ ਸੱਭਿਆਚਾਰ ਦਾ ਇੱਕ ਅੰਗ ਸੀ ਭਾਈ ਕਾਨ ਸਿੰਘ ਨਾਭਾ ਨੇ ਸਿੱਖਿਆ ਨੂੰ ਵੀ ਲਿਖੀਆਂ ਨੇ ਜੀ ਬਹੁਤ ਸਾਰੇ ਪਹਿਲੂਆਂ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਜ਼ਰੀਏ ਇੱਕ ਦਰਸ਼ਕ ਜੁੜੇ ਨੇ ਸਾਡੇ ਨਾਲ ਫੋਨ ਕਾਲ ਦੇ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਜੀ ਦੂਰਦਰਸ਼ਨ ਦੀ ਸਾਰੀ ਟੀਮ ਨੂੰ ਔਰ ਆਏ ਹੋਏ ਮਹਿਮਾਨ ਨੂੰ ਸਤਿ ਸ਼੍ਰੀ ਅਕਾਲ ਮੈਂ ਵੈਲਕਮ ਚਾਹੁੰਦਾ ਵੀ ਇਹਦੇ ਉੱਤੇ ਭਾਈ ਕਾਨ ਸਿੰਘ ਜੀ ਨੇ ਤਾਂ ਅਖੀਰ ਦਾ ਬੁੱਤ ਲਾ ਦਿੱਤਾ ਵਿਆਹ ਸਭ ਕੁਛ ਹੈ ਇਸ ਤੋਂ ਪਹਿਲਾਂ ਇੱਕ ਅੰਗਰੇਜ਼ ਡਾਕਟਰ ਟਰੰਪ ਵੀ ਹੋਇਆ ਉਸਨੇ ਕੋਸ਼ਿਸ਼ ਕੀਤੀ ਸੀ ਪੰਜਾਬੀ ਦਾ ਡਿਕਸ਼ਨਰੀ ਤਿਆਰ ਕਰਨ ਵਾਸਤੇ ਲੇਕਿਨ ਉਹ ਪ੍ਰਕਾਸ਼ਿਤ ਨਹੀਂ ਹੋ ਸਕੀ ਉਸ ਤੋਂ ਬਾਅਦ ਭਾਸ਼ਾ ਵਿਭਾਗ ਇੱਥੇ ਕੋਸ਼ਕਾਰੀ ਜਿਹੜੀ ਹੈ ਲੁਧਿਆਣਾ ਨੇ ਯਤਨ ਕੀਤਾ ਤੇ ਇਹਦੇ ਇਸ ਵਿੱਚ ਭਾਈ ਮਹਿਆ ਸਿੰਘ ਤੇ ਨੇ ਕੁਛ ਦਿੱਤਾ ਲੇਕਿਨ ਭਾਈ ਕਾਨ ਸਿੰਘ ਜੀ ਨੇ 1900 ਵਿੱਚ ਸ਼ੁਰੂ ਕਰਕੇ 1926 ਨੂੰ ਮੁਕੰਮਲ ਕਰਕੇ ਤੇ 8 ਭਾਸ਼ਾਵਾਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਹਥਿਆਰਾਂ ਦੇ ਵੀ ਜ਼ਿਕਰ ਕੀਤੇ ਔਰ ਕੁਛ ਫੋਟੋ ਵੀ ਲੱਗੀਆਂ ਉਹਨਾਂ ਦੀਆਂ ਇਸ ਕਰਕੇ ਇਸ ਨੂੰ 15 ਵਾਰ ਭਾਸ਼ਾ ਵਿਭਾਗ ਨੇ ਮਾਨਤਾ ਦਿੱਤੀ ਹੁਣ ਇਸ ਡਿਕਸ਼ਨਰੀ ਨੂੰ ਬਹੁਤ ਸਸਤੇ ਭਾਅ ਦੇ ਵਿੱਚ ਤਾਂ ਭਾਸ਼ਾ ਵਿਭਾਗ ਹੀ ਦੇ ਸਕਦਾ ਤੇ ਕੋਸ਼ਿਸ਼ ਇੱਕ ਹੋਣੀ ਚਾਹੀਦੀ ਹੈ ਵੀ ਇਹਦੇ ਛੋਟੇ ਭਾਗ ਕਰਤੇ ਜਾਣ ਬਹੁਤ ਵੱਡਾ ਕੋਸ਼ ਖਰੀਦਿਆ ਨਹੀਂ ਜਾਂਦਾ ਜੇ ਖਰੀਦਦਾ ਕੋਈ ਤਾਂ ਉਸਨੂੰ ਉਹ ਸਮਝਦਾ ਵੀ ਏਦਾਂ ਹੋਏ ਇੰਨੀਆਂ ਭਾਸ਼ਾਵਾਂ ਦਾ ਜ਼ਿਕਰ ਕਰਨਾ ਔਰ ਇੱਕ ਆਦਮੀ ਲੱਗਾ ਹੀ ਜਾਵੇ ਨਾ ਉਹਨੇ 26 ਸਾਲ ਕੱਢੇ ਇਸੇ ਕੰਮ 'ਚ ਤੇ ਉਰਦੂ ਫਾਰਸੀ ਲਾਤੀਨੀ ਤੁਰਕੀ ਜ਼ਬਾਨਾਂ ਦੇ ਵਿੱਚ 8 ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਕਿੱਥੋਂ ਕਿੱਥੋਂ ਸ਼ਬਦ ਹੈ ਔਰ ਵਿਸ਼ੇਸ਼ ਤੌਰ ਤੇ ਜਿਹੜੀ ਸਾਡੇ ਕੋਲ ਘਾਟ ਮਹਿਸੂਸ ਕੀਤੀ ਜਾਂਦੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਫਾਰਸੀ ਦੇ ਸ਼ਬਦ ਹੈ ਉਰਦੂ ਦੇ ਸ਼ਬਦ ਹੈ ਉਹਨਾਂ ਦਾ ਸਹੀ ਅਰਥ ਸਾਨੂੰ ਪਤਾ ਕਿਵੇਂ ਲੱਗੇ ਇਹ ਭਾਈ ਕਾਨ ਸਿੰਘ ਜੀ ਦਾ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਾਨੂੰ ਤੇ ਉਹ ਮਿਹਰਬਾਨੀ ਕਰਕੇ ਛੋਟੇ ਅੰਕਾਂ ਦੇ ਵਿੱਚ ਵੀ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਮਿਹਰਬਾਨੀ ਸ਼ੁਕਰੀਆ ਬੜੇ ਬੜੇ ਮੁੱਲੇ ਵਿਚਾਰ ਇਹਨਾਂ ਨੇ ਇੱਕ ਦੱਸਿਆ ਕਿ ਕੋਸ਼ਕਾਰੀ ਦੇ ਵਿੱਚ ਇਹਨਾਂ ਨੂੰ ਕਾਫੀ ਸਮਾਂ ਲੱਗਿਆ ਹਾਂਜੀ ਬਹੁਤ ਅੱਛਾ ਇਹਨਾਂ ਨੇ ਆਪਣਾ ਗਿਆਨ ਦੀਆਂ ਗੱਲਾਂ ਦੱਸੀਆਂ ਨੇ ਆਪਣਾ ਮਤਲਬ ਜਿਹੜਾ ਇਹਨਾਂ ਨੇ ਗਿਆਨ ਦੀਆਂ ਗੱਲਾਂ ਵੀ ਕੀਤੀਆਂ ਨੇ ਉਹ ਸਹੀ ਇਹਨਾਂ ਨੂੰ ਆਪਣਾ ਮਤਲਬ ਉਸ ਬਾਰੇ ਜਾਣਕਾਰੀ ਹੈ ਜੀ ਕਿਉਂਕਿ ਬਿਲਕੁਲ ਸਹੀ ਕਿ 1900 ਦੇ ਵਿੱਚ ਇਹਨਾਂ ਨੇ ਆਪਣਾ ਮਤਲਬ ਜਿਹੜਾ ਹੈ ਇੱਕ ਬੀਜ ਰੂਪ ਦੇ ਵਿੱਚ 1900 ਦੇ ਵਿੱਚ ਆਪਣਾ ਜਿਹੜਾ ਹੈ ਮਾਨਕੋਟ ਦਾ ਜਿਹੜਾ ਕੰਮ ਸੀ ਉਹ ਆਰੰਭ ਹੋ ਗਿਆ ਸੀ ਉਹ ਕਾਰਨ ਇਹ ਸੀ ਵੀ ਇਹਨਾਂ ਨੇ ਪੰਡਿਤ ਤਾਰਾ ਸਿੰਘ ਨਰੋਤਮ ਦਾ ਜਿਹੜਾ ਗ੍ਰੰਥ ਸੀ ਆਪਣਾ ਕੋਸ਼ ਸੀ ਆਪਣਾ ਗੁਰੂ ਗ੍ਰੰਥ ਕੋਸ਼ ਤੇ ਦੂਜਾ ਭਾਈ ਹਜ਼ਾਰਾ ਸਿੰਘ ਜੀ ਦਾ ਸੀ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਉਹ ਦੋਨਾਂ ਦੀ ਸਟੱਡੀ ਕੀਤੀ ਸੀ ਦੋਨਾਂ ਦੇ ਵਿੱਚੋਂ ਭਾਈ ਕਾਨ ਸਿੰਘ ਨਾਭਾ ਨੇ ਦੇਖਿਆ ਕਿ ਜਿਹੜੇ ਸ਼ਬਦ ਇਹਨਾਂ ਦੇ ਵਿੱਚ ਦਰਜ ਨਹੀਂ ਹੈਗੇ ਆਪਣਾ ਮਤਲਬ ਉਹਨਾਂ ਦਾ ਇੱਕ ਕੋਸ਼ ਹੋਣਾ ਚਾਹੀਦਾ ਕੋਸ਼ ਪਹਿਲਾਂ ਕੁਝ ਸ਼ਬਦ ਕੋਸ਼ ਜਾਂ ਕੋਸ਼ ਸੀਗੇ ਜੀ ਹਾਂ ਹਰ ਕੋਸ਼ ਗੁਰੂ ਆਪਣਾ ਮਹਾਨ ਕੋਸ਼ ਦੇ ਆਪਣਾ ਸਮੇਂ ਤੱਕ ਮਹਾਨ ਕੋਸ਼ ਤੋਂ ਪਹਿਲਾਂ ਭਾਈ ਭਾਈ ਮਈਆ ਸਿੰਘ ਆਪਣਾ ਮਤਲਬ ਬਿਹਾਰੀ ਲਾਲਪੁਰੀ ਸਾਧੂ ਗੁਰਦੱਤ ਸਿੰਘ ਜੀ ਬਿਸ਼ਨ ਦਾਸ ਉਦਾਸੀ ਨੇ ਸਾਧੂ ਸੁਤੇ ਪ੍ਰਕਾਸ਼ ਨੇ ਤਾਰਾ ਸਿੰਘ ਨਰੋਤਮ ਨੇ ਤੋ ਕਈ ਮਤਲਬ ਵਿਦਵਾਨ ਨੇ ਜਿਹਨਾਂ ਨੇ ਕਿ ਆਪਣਾ ਉਦੋਂ ਛੋਟੇ ਛੋਟੇ ਉਪਰਾਲੇ ਕੀਤੇ ਨੇ ਆਪਣਾ ਕੋਸ਼ਕਾਰੀ ਦਾ ਆਰੰਭ ਆਪਣਾ ਪੰਜਾਬੀ ਚ ਹੋ ਚੁੱਕਿਆ ਸੀ ਪਰੰਤੂ ਇਹਨਾਂ ਨੇ ਜਦੋਂ ਕਈ ਸਾਲ ਲਾ ਕੇ ਆਪਣਾ ਮਤਲਬ ਦੇਖਿਆ ਵੀ ਆਪਣਾ ਕੋਈ ਮੈਂ ਇਹੋ ਜਿਹਾ ਕੋਸ਼ ਤਿਆਰ ਕਰਾਂ ਵੀ ਜਿਹੜੇ ਸ਼ਬਦ ਇਹਨਾਂ ਦੇ ਵਿੱਚ ਸ਼ਾਮਿਲ ਨਹੀਂ ਹੋਏ ਵੀ ਉਹਨਾਂ ਦਾ ਇੱਕ ਅਲੱਗ ਤਿਆਰ ਕੀਤਾ ਜਾਵੇ ਵੱਡੇ ਪੱਧਰ ਤੇ ਕਿਉਂਕਿ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਆ ਰਹੇ ਸਨ ਫਿਰ ਇਹਨਾਂ ਦੇ ਸਾਹਮਣੇ ਆਪਣਾ ਇਨਸਾਈਕਲੋਪੀਡੀਆ ਬ੍ਰਿਟਾਨਿਕਾ ਆਇਆ ਜੀ ਉਹ ਵਿਸ਼ਵ ਦਾ ਆਪਣਾ ਇੱਕ ਜਿਹੜਾ ਕਿ ਸਭ ਤੋਂ ਉੱਤਮ ਆਪਣਾ ਮਤਲਬ ਕੋਸ਼ ਮੰਨਿਆ ਜਾਂਦਾ ਹੈ ਇਨਸਾਈਕਲੋਪੀਡੀਆ ਉਹਨੂੰ ਵੇਖ ਕੇ ਆਪਣਾ ਭਾਈ ਕਾਨ ਸਿੰਘ ਨਾਭਾ ਨੇ ਸੋਚਿਆ ਕਿ ਸਾਡੇ ਪੰਜਾਬੀਆਂ ਵਾਸਤੇ ਵੀ ਕੋਈ ਇਹੋ ਜਿਹਾ ਕੋਰਸ ਹੋਣਾ ਚਾਹੀਦਾ ਹੈ ਤਾਂ ਫਿਰ ਦੁਬਾਰਾ ਇਹਨਾਂ ਨੇ ਦੇਖੋ ਸੰਕਲਪ ਲਿਆ 1900 ਦੇ ਵਿੱਚ 1912 ਦੇ ਵਿੱਚ ਫਿਰ ਇਹਨਾਂ ਨੇ ਸਟਾਰਟ ਕੀਤਾ ਆਪਣਾ ਮਤਲਬ ਅਰਦਾਸ ਕਰਕੇ ਆਪਣਾ ਮੈਂ ਆਪਣਾ ਪੰਜਾਬੀਆਂ ਵਾਸਤੇ ਕੋਈ ਇਨਸਾਈਕਲੋਪੀਡੀਆ ਬ੍ਰਿਟਾਨਿਕਾ ਦੀ ਤਰ੍ਹਾਂ ਬਣਾਊਂਗਾ ਤੇ 1926 'ਚ ਮੁਕੰਮਲ ਹੋਇਆ 26 ਤੋਂ ਬਾਅਦ ਫਿਰ ਲੰਬਾ ਸਮਾਂ ਲੱਗਿਆ ਆਪਣਾ ਮਤਲਬ ਇਹ ਛਪਾਈ ਵਾਸਤੇ ਆਪਣਾ ਛੇਕੜ ਆਪਣਾ ਮਤਲਬ ਪਟਿਆਲਾਪਤੀ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਨਾਭਾ ਦਰਬਾਰ ਵੱਲੋਂ 1930 ਦੇ ਵਿੱਚ ਆਪਣਾ ਛਾਪਿਆ ਤੇ ਉਸ ਤੋਂ ਬਾਅਦ ਫਿਰ ਆਪਣਾ ਭਾਸ਼ਾ ਵਿਭਾਗ ਦੇ ਆਪਣਾ ਸਾਬਕਾ ਡਾਇਰੈਕਟਰ ਜਿਹੜੇ ਹੈਗੇ ਸੀ ਗਿਆਨੀ ਲਾਲ ਸਿੰਘ ਜੀ ਨੇ ਉਹਨਾਂ ਨੇ ਆਪਣੇ ਭਾਸ਼ਾ ਵਿਭਾਗ ਵੱਲੋਂ ਆਪਣਾ ਮਤਲਬ
ਅਲੱਗ ਅਲੱਗ ਫਿਰ ਇੱਕ ਪਹਿਲਾਂ ਮਤਲਬ ਚਾਰ ਭਾਗਾਂ ਦੇ ਵਿੱਚ ਆਪਣਾ ਫਿਰ ਇੱਕ ਭਾਗ ਦੇ ਵਿੱਚ ਕਰ ਦਿੱਤਾ ਗਿਆ ਹੁਣ ਵੀ ਵੈਸੇ ਮੰਗ ਆਪਣਾ ਆਪਣੇ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਹੋਰ ਜ਼ਿਆਦਾ ਅਮੀਰ ਬਣਾਉਣ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਹੋਣਾ ਦਾ ਯੋਗਦਾਨ ਕਿੰਨੀ ਮਿਹਨਤ ਤੇ ਲਗਨ ਲੱਗੀ ਹੋਏਗੀ ਪਵਨ 1900 ਤੋਂ ਸ਼ੁਰੂ ਕੀਤਾ ਔਰ 1930 ਦੇ ਵਿੱਚ ਜਾ ਕੇ ਮਹਾਨ ਕੋਸ਼ ਦਾ ਪ੍ਰਕਾਸ਼ਨ ਹੋਇਆ ਇੰਨਾ ਜ਼ਿਆਦਾ ਸਮਾਂ ਆਪਣੀ ਜ਼ਿੰਦਗੀ ਦਾ ਆਪਣੇ ਜੀਵਨ ਦਾ ਔਰ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਇਸ ਮਹਾਨ ਕੋਸ਼ ਦੇ ਜ਼ਰੀਏ ਭਾਈ ਕਾਨ ਸਿੰਘ ਨਾਭਾ ਨੇ ਔਰ ਫਲਸਰੂਪ ਜਿਹੜਾ ਮਹਾਨ ਕੋਸ਼ ਸਾਡੇ ਸਾਰਿਆਂ ਦੇ ਸਾਹਮਣੇ ਆਇਆ ਸਾਡੇ ਮੂਹਰੇ ਆਇਆ ਉਹ ਰਹਿੰਦੀ ਦੁਨੀਆ ਤੱਕ ਪੰਜਾਬੀ ਸੱਭਿਆਚਾਰ ਵਾਸਤੇ ਇੱਕ ਅਦੁੱਤੀ ਦੇਣ ਰਹੇਗੀ ਡਾਕਟਰ ਜਗਮੇਲ ਸਿੰਘ ਜੀ ਅਸੀਂ ਗੱਲ ਕਰ ਰਹੇ ਸੀ ਕਿ ਉਹਨਾਂ ਦਾ ਸਾਹਿਤ ਜਿਹੜਾ ਹੈ ਜਾਂ ਜੇ ਮਹਾਨ ਕੋਸ਼ ਦੀ ਵੀ ਅਸੀਂ ਗੱਲ ਕੀਤੀ ਤੇ ਬਹੁਤ ਡੂੰਘੇ ਤਰੀਕੇ ਨਾਲ ਉਹਨਾਂ ਨੇ ਸਿੱਖ ਇਤਿਹਾਸ ਨੂੰ ਨਾਲ ਲੈ ਕੇ ਚੱਲੇ ਔਰ ਪੰਜਾਬੀ ਸੱਭਿਆਚਾਰ ਨੂੰ ਨਾਲ ਲੈ ਕੇ ਚੱਲੇ ਪਰੰਪਰਾ ਦੇ ਕਿੰਨੇ ਨੇੜੇ ਰਹਿ ਕੇ ਉਹਨਾਂ ਨੇ ਕੰਮ ਕੀਤਾ ਜੀ ਭਾਈ ਕਾਨ ਸਿੰਘ ਆਪਾਂ ਵੇਖਦੇ ਹਾਂ ਕਿ ਬੜੀ ਉਹਨਾਂ ਦੇ ਸ਼ਖਸੀਅਤ ਦੇ ਵਿੱਚੋਂ ਅਜੀਬ ਜਿਹਾ ਸੁਮੇਲਪਣਾ ਮਤਲਬ ਆਪਾਂ ਨੂੰ ਸਾਹਮਣੇ ਆਉਂਦਾ ਇਸ ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਈਸਟ ਇਜ ਈਸਟ ਵੈਸਟ ਇਜ ਵੈਸਟ ਜੀ ਪੂਰਬ ਤੇ ਪੱਛਮ ਦੋਨੋਂ ਜਿਹੜੇ ਨੇ ਉਹ ਅਲੱਗ ਅਲੱਗ ਨੇ ਇਹ ਕਦੇ ਮੇਲ ਨਹੀਂ ਹੋ ਸਕਦੇ ਪਰੰਤੂ ਅਸੀਂ ਭਾਈ ਕਾਨ ਸਿੰਘ ਨਾਭਾ ਨੂੰ ਵੇਖਦੇ ਹਾਂ ਉਹਨਾਂ ਦੇ ਮਹਾਨ ਕੋਸ਼ ਨੂੰ ਵੇਖਦੇ ਹਾਂ ਸਮੁੱਚੇ ਉਹਨਾਂ ਦੇ ਸਾਹਿਤ ਨੂੰ ਵੇਖਦੇ ਹਾਂ 3 ਦਰਜਨ ਦੇ ਕਰੀਬ ਉਹਨਾਂ ਦੀ ਆਪਣਾ ਮਤਲਬ ਕਿਤਾਬਾਂ ਜਿਹੜੀਆਂ ਰਚਨਾਵਾਂ ਅਗਰ ਉਹਨਾਂ ਦੇ ਆਰਟੀਕਲ ਵਿੱਚ ਮਿਲਾ ਕੇ ਆਪਾਂ ਗਿਣਤੀ ਕਰੀਏ ਤਾਂ ਇਹ ਸਾਰੇ ਦੇ ਵਿੱਚੋਂ ਆਪਣਾ ਮਤਲਬ ਪੂਰਬ ਤੇ ਪੱਛਮ ਸਾਨੂੰ ਇੱਕੋ ਰੂਪ ਦੇ ਵਿੱਚ ਸਮਰੂਪ ਹੋ ਕੇ ਭਾਈ ਕਾਨ ਸਿੰਘ ਨਾਭਾ ਦੇ ਰੂਪ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਸਿੱਖਿਆ ਜਿਹੜੀ ਲਈ ਹੈ ਡੇਰਿਆਂ ਦੇ ਵਿੱਚੋਂ ਲਈ ਹੈ ਆਪਣਾ ਮਹੰਤਾਂ ਕੋਲੋਂ ਪੰਡਤਾਂ ਕੋਲੋਂ ਸਾਧੂਆਂ ਕੋਲੋਂ ਪਰੰਤੂ ਉਹਨਾਂ ਨੇ ਆਰੰਭ ਤੋਂ ਹੀ ਤਰਕਸ਼ੀਲਤਾ ਨੂੰ ਵਿਗਿਆਨਿਕਤਾ ਨੂੰ ਕਦੋਂ ਕਿਤੇ ਅਖੋਲ ਨਹੀਂ ਕੀਤਾ ਜਿਹੜੀ ਪਹਿਲੀ ਵੀ ਰਚਨਾ ਹੈ ਨਾ ਉਹਨਾਂ ਦੀ ਜਿਵੇਂ ਨਾਟਕ ਬਾਬਾ ਸਦੀਕ ਉਹਦੇ ਵਿੱਚ ਇੱਕ ਜਗ੍ਹਾ ਲਿਖਦੇ ਨੇ ਕਿ ਆਪਣਾ ਵੀ ਦੇਖੋ ਉਸ ਸਮੇਂ ਕੈਸੀ ਰੀਤੀ ਥੀ ਰਾਵਣ ਜੈਸੇ ਮਹਾਪ੍ਰਤਾਪੀ ਕੀ ਬਹਿਨ ਰਾਜਾ ਕੀ ਬਹਿਨ ਅਕੇਲੇ ਜੰਗਲ ਮੇ ਵਰ ਕੋ ਢੂੰਢਣੇ ਜਾ ਰਹੀ ਥੀ ਅਬ ਪਤਾ ਨਹੀਂ ਕਿਉਂ ਹਮਾਰੇ ਲੋਕੋ ਨੇ ਰੀਤੀ ਕੋ ਤਰਕ ਕਰ ਦਿਆ ਉਹ ਦੱਸ ਰਹੇ ਨੇ ਆਪਣਾ ਵੀ ਦੇਖੋ ਉਦੋਂ ਕਿੰਨੀ ਸੋਹਣੀ ਰੀਤੀ ਸੀ ਆਪਣਾ ਵੀ ਰਾਵਣ ਦੀ ਭੈਣ ਏਡੇ ਬੜੇ ਮਹਾਰਾਜੇ ਦੀ ਆਪਣਾ ਖੁਦ ਆਪਣੇ ਵਰ ਨੂੰ ਲੱਭ ਰਹੀ ਸੀ ਇਹ ਉਸ ਮੌਕੇ ਆਪਣਾ ਇਹੋ ਜਿਹੀ ਆਪਣਾ ਜਿਹੜੀ ਵਿਚਾਰਧਾਰਾ ਉਹਨਾਂ ਦੀ ਆਪਣਾ ਇੰਨੀ ਐਡਵਾਂਸ ਇੰਨੀ ਆਪਣਾ ਇਹ 'ਚ ਆਪਣਾ ਤਰਕਸ਼ੀਲਤਾ ਦੇ ਆਧਾਰ ਤੇ ਵੇਖੀਏ ਵਿਗਿਆਨਕਤਾ ਦੇ ਆਧਾਰ ਤੇ ਵੇਖੀਏ ਉਹ ਕਾਫੀ ਆਪਣੇ ਸਮੇਂ ਨਾਲੋਂ ਬਹੁਤ ਐਡਵਾਂਸ ਹਨ ਪਰੰਤੂ ਪਰੰਪਰਾ ਨੂੰ ਜਿਵੇਂ ਆਪਣੇ ਪਰੰਪਰਾ ਦੀ ਗੱਲ ਕੀਤੀ ਹੈ ਉਹਨਾਂ ਨੇ ਪਰੰਪਰਾ ਨੂੰ ਕਿਤੇ ਨਜ਼ਰਅੰਦਾਜ਼ ਨਹੀਂ ਕੀਤਾ ਜੇ ਆਪਾਂ ਸਾਹਿਤ ਦੇ ਆਪਣਾ 3 ਗੁਣ ਵੇਖੀਏ ਆਪਣਾ ਉਹ ਮੰਨੇ ਜਾਂਦੇ ਨੇ ਕਿ ਸਾਹਿਤ ਦੇ ਵਿੱਚ ਆਪਣਾ ਉੱਤਮ ਸਾਹਿਤ ਸਾਹਿਤ ਉਹ ਹੈ ਕਿ ਜਿਹਦੇ ਵਿੱਚ 3 ਗੁਣ ਹੋਣੇ ਚਾਹੀਦੇ ਨੇ ਸਤਿਅਮ ਸੁਗਮ ਸੁੰਦਰਮ ਦਾ ਆਪਣਾ ਮਤਲਬ ਜਿਹੜਾ ਹੈ ਸਾਹਿਤ ਉਹ ਧਾਰਨੀ ਹੋਵੇ ਜਿਵੇਂ ਸੱਚ ਦਾ ਧਾਰਨੀ ਹੋਵੇ ਕਲਿਆਣਕਾਰੀ ਹੋਵੇ ਤੇ ਇਹ ਜਿਹੜੇ ਗੁਣ ਨੇ ਸੁੰਦਰਤਾ ਦਾ ਪ੍ਰਕਾਸ਼ ਕਰਨ ਵਾਲਾ ਹੋਵੇ ਇਹ 3 ਗੁਣ ਭਾਈ ਕਾਨ ਸਿੰਘ ਨਾਭਾ ਦੇ ਸਾਹਿਤ ਦੇ ਵਿੱਚੋਂ ਸਾਹਮਣੇ ਆਉਂਦੇ ਨੇ ਦੂਜਾ ਜਿਹੜਾ ਭਾਰਤੀ ਸੰਸਕ੍ਰਿਤੀ ਦੇ ਵਿੱਚ ਆਪਣਾ ਇੱਕ ਮਨੋਵਿਗਿਆਨਿਕ ਪੱਖ ਤੋਂ ਆਪਣਾ ਮਤਲਬ ਆਪਾਂ ਵਿਚਾਰ ਕਰਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੈ ਜਿਹੜੀ ਉਹ 5 ਤੱਤਾਂ ਤੋਂ ਬਣੀ ਹੈ ਹਵਾ ਮਿੱਟੀ ਪਾਣੀ ਆਕਾਸ਼ ਜਿਹੜੇ ਹੈਗੇ ਨੇ ਇਹ ਜਿਹੜੇ 5 ਤੱਤ ਨੇ ਅੱਗੇ ਇਹਨਾਂ ਨੂੰ ਆਯੁਰਵੇਦ ਜਿਹੜਾ ਆਪਣਾ ਇੱਕ ਵਿਗਿਆਨ ਹੈ ਉਹ ਦੇਖਦਾ ਕਿ ਵਾਤ ਪਿੱਤ ਕਫ ਤੇ ਫਿਰ ਇਹਨਾਂ ਨੂੰ ਸੂਕਸ਼ਮ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਆਪਣਾ ਮਤਲਬ ਬੰਦੇ ਦੀ ਪਰਸਨੈਲਿਟੀ ਦੇ ਵਿੱਚੋਂ ਸ਼ਖਸੀਅਤ ਦੇ ਵਿੱਚੋਂ ਉਹਦੇ ਰੂਹ ਦੇ ਵਿੱਚੋਂ ਕਿ ਰਜੋ ਤਮੋ ਸਤੋ 3 ਗੁਣ ਨੇ ਹਰ ਬੰਦੇ ਦੇ ਵਿੱਚ ਹੁੰਦੇ ਨੇ ਕਿਸੇ ਚ ਆਪਣਾ ਰਜੋ ਵੱਧ ਜਾਂਦਾ ਹੈ ਕਿਸੇ ਸਤੋ ਵੱਧ ਜਾਂਦਾ ਹੈ ਕਿਸੇ ਤਮੋ ਵੱਧਦੀ ਆਪਣਾ ਮਤਲਬ ਜੇ ਵੱਧ ਜਾਂਦੇ ਨੇ ਘੱਟ ਜਾਂਦੇ ਨੇ ਆਪਣਾ ਜੇ ਉਹਨਾਂ ਦਾ ਬੈਲੈਂਸ ਸਹੀ ਨਹੀਂ ਹੁੰਦਾ ਤਾਂ ਕਦੇ ਵੀ ਇੱਕ ਚੰਗਾ ਸਮਾਜ ਨਹੀਂ ਪੈਦਾ ਹੋ ਸਕਦਾ ਤਾਂ ਭਾਈ ਕਾਨ ਸਿੰਘ ਨਾਭਾ ਨੇ ਇਹ 3 ਦੇ ਆਧਾਰ ਤੇ ਦੱਸਿਆ ਹੈ ਕਿ ਵਿਦਿਆ ਜਿਹੜੀ ਉਹ ਰਜੋ ਗੁਣ ਹੈ ਜਿਹੜੀ ਸੂਰਤ ਹੈ ਜਿਹੜੀ ਬਹਾਦਰੀ ਹੈ ਉਹ ਤਮੋ ਗੁਣ ਹੈ ਤੇ ਜਿਹੜੀ ਸ਼ਾਂਤੀ ਹੈ ਸਤੋ ਗੁਣ ਹੈ ਤੇ 3 ਗੁਣ ਨੇ ਜਿਹੜੇ ਕਿ ਆਪਣਾ ਸਮਾਜ ਵਾਸਤੇ ਜ਼ਰੂਰੀ ਨੇ ਵਿਦਿਆ ਸੂਰਤਵ ਤੇ ਸ਼ਾਂਤੀ ਇਹ 3 ਗੁਣਾਂ ਨੂੰ ਰਜੋ ਤਮੋ ਸਤੋ ਨੂੰ ਅਸਲੀ ਮਿਕਦਾਰ ਦੇ ਵਿੱਚ ਇੱਕ ਤਬੀਬ ਦੇ ਨੁਸਖੇ ਵਾਂਗ ਕਿਵੇਂ ਪੈਦਾ ਕਰਨਾ ਹੈ ਤਾਂ ਭਾਈ ਕਾਨ ਸਿੰਘ ਨਾਭਾ ਪ੍ਰਮਾਣ ਦੇ ਕੇ ਦੱਸਦੇ ਨੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰੀ ਇਹਨਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਹੈ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦੇ ਹਾਂ ਕਿਤੇ ਤਾਂ ਸੂਰਮੇ ਬਣ ਕੇ ਸੂਰਵੀਰ ਬਣ ਕੇ ਉਹਨਾਂ ਨੇ ਹੱਥ 'ਚ ਕਿਰਪਾਨ ਫੜੀ ਹੈ ਇਹੋ ਜਿਹੀ ਆਪਣਾ ਕਿਰਪਾਨ ਫੜ ਕੇ ਜਿਹੜੀ ਕਿ ਖੁਦ ਜਮ ਦਾ ਰੂਪ ਹੋ ਕੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਆ ਰਹੀ ਹੈ ਉੱਥੇ ਉਹਨਾਂ ਦੇ ਵਿੱਚ ਇਹ ਗੁਣ ਫੜੇ ਹੋਏ ਨੇ ਹੈਲੋ ਹੈਲੋ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਕੀ ਕਹਿਣਾ ਚਾਹੁੰਦੇ ਹੋ ਮੈਂ ਕਾਨ ਸਿੰਘ ਨਾਭਾ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਜੀ ਜੀ ਮਲਕੀਤ ਕੌਰ ਜੀ ਤੁਸੀਂ ਕਰ ਸਕਦੇ ਹੋ ਹਾਂਜੀ ਹੈਲੋ ਹਾਂਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ ਤੁਸੀਂ ਆਪਣੀ ਗੱਲਬਾਤ ਕਹਿ ਸਕਦੇ ਹੋ ਹਾਂਜੀ ਮੈਂ ਮਲਕੀਤ ਕੌਰ ਪਾਣੇਵਾਲ ਤੋਂ ਬੋਲ ਰਹੀ ਹਾਂ ਜੀ ਮੈਂ ਪੁਲਿਸ ਇੰਸਪੈਕਟਰ ਦੇ ਟਾਈਮ ਹੋਈ ਹਾਂ ਜੀ ਜੀ ਮੈਨੂੰ ਮਤਲਬ ਕਿ ਮੈਂ ਕਾਨ ਸਿੰਘ ਦੇ ਨਾਭਾ ਦੇ ਬਹੁਤ ਇੱਜ਼ਤ ਕਰਦੀ ਹਾਂ ਜੀ ਇੱਕ ਸਾਡੇ ਸਾਡੀ ਜੱਦ 'ਚੋਂ ਹੋਏ ਨੇ
ਭਾਈ ਦੇ ਮੱਥੇ ਤੇ ਪੰਜ ਪਿਆਰੇ ਦੇ ਟੀਕੇ ਪਿਆਰੇ ਜੀ ਤੇ ਇਹਨਾਂ ਨੂੰ ਜਗਨਨਾਥ ਪੁਰੀ ਵੇ ਬਣਾ ਦਿੱਤਾ ਕਈ ਇਤਿਹਾਸਕਾਰਾਂ ਨੇ ਜੀ ਪਰ ਇੱਕ ਕਾਂਤ ਸਿੰਘ ਨਾਭਾ ਨੇ ਬਹੁਤ ਮਤਲਬ ਕਿ ਇਹਨਾਂ ਦਾ ਉਹ ਖੋਲ ਕੇ ਦੱਸਿਆ ਜੀ ਸੰਤ ਪ੍ਰੈਸ ਛੋਟੀਆਂ ਨੇ ਸੀ ਇਹ ਬਾਬਾ ਮੋਤੀ ਮੇਰੇ ਦੇ ਭਤੀਜੇ ਸੀਗੇ ਬਾਬਾ ਜੋਤੀ ਰਾਮ ਦੇ ਲੜਕੇ ਸੀ ਪਰ ਕਈ ਇਤਿਹਾਸਕਾਰ ਨੂੰ ਦੇਖਦੇ ਮੈਨੂੰ ਦੁੱਖ ਲੱਗਦਾ ਕਿ ਕਾਂਤ ਸਿੰਘ ਨਾਭਾ ਦੀ ਮੈਚ ਕਰਕੇ ਬਹੁਤ